ਇਹ ਸੀ ਹੁਣ ਮੈਂ ਕੁਛ ਜਿਹੜੀਆਂ ਟਰੋਮੈਟਿਕ ਜਿਹੜੇ ਐਕਸਪੀਰੀਅੰਸ ਆ ਆਪਣੇ ਉਹਨਾਂ ਬਾਰੇ ਅਤੇ ਕੁਛ ਜਿਹੜਾ ਗਾਂਹ ਜਿੱਧਰ ਨੂੰ ਜਾ ਰਿਹਾ ਪੰਜਾਬ ਸੁਨੇਹਾ ਉਜੜੇ ਖੇਤੀ ਬਰਬਰ ਉੱਡੇ ਟਿੱਡੀ ਦਲ ਦੇ ਪਹਿਰੇ ਇੱਕ ਚਿੜੀ ਅੱਜ ਫੇਰਾ ਪਾਇਆ ਬਲਦੀ ਇਸ ਦੁਪਹਿਰੇ ਨਾ ਉਹ ਬੋਲੇ ਨਾ ਉਹ ਉੱਡੇ ਅੱਖੀਆਂ ਵਿੱਚ ਸੁਨੇਹਾ ਹਰਫ ਡਲਕਦੇ ਪੜ੍ਹਨ ਨੂੰ ਇੱਕ ਪਲ ਪਾਉਣ ਦੇ ਬੁੱਲੇ ਠਹਿਰੇ ਇੱਕ ਦੋ ਹੋਰ ਪੜ੍ਹਦਾ ਸੁੰਨੇ ਘਰ ਜਿਨ੍ਹਾਂ ਮਾਵਾਂ ਦੇ ਪੁੱਤ ਚਲੇ ਗਏ ਜੰਗ ਦੇ ਮੈਦਾਨ 'ਚ ਚੁੱਲ੍ਹੇ ਮੂਹਰੇ ਬੈਠੀ ਮਾਤਾ ਤਵੇ 'ਤੇ ਰੋਟੀ ਪਾਵੇ ਸੁੰਨਾ ਵਿਹੜਾ ਜੱਗ ਓਪਰਾ ਦਿਲ ਪੁੱਤਰਾਂ ਦੇ ਹਾਵੇ ਅੱਖੀਆਂ ਬੂਹੇ ਹੇਠਾਂ ਵਿਛੀਆਂ ਪਰਛਾਵੇਂ ਦੀਆਂ ਬਿੜਕਾਂ ਆਸ ਉਡੀਕ ਦੇ ਥਲ ਵਿੱਚ ਸੁੱਕੀ ਪੱਤ ਵਿਸਰ ਗਏ ਸਾਵੇ ਬਸ ਇੱਕ ਦੋ ਹੋਰ ਪੜ੍ਹਦਾ ਮੈਂ ਫਿਰ ਆਪਾਂ ਸਮਾਪਤੀ ਕਰਦੇ ਹਾਂ ਉਸ ਤੋਂ ਬਾਅਦ ਜੋ ਵੀ ਤੁਹਾਡੇ ਸਵਾਲ ਜਾਂ ਹੋਣਗੇ ਜਿਹੜਾ ਫਿਊਚਰ ਨੂੰ ਪੰਜਾਬ ਜਿੱਧਰ ਨੂੰ ਜਾ ਰਿਹਾ ਬਦਕਿਸਮਤੀ ਨੂੰ ਤੈਂ ਕੀ ਦਰਦ ਨਾ ਆਇਆ ਇਹਦਾ ਸਿਰਲੇਖ ਆੜਾਂ ਵਿੱਚ ਤਰੇੜਾਂ ਪਈਆਂ ਪੱਟਾਂ ਖੰਗਰ ਹੋਈਆਂ ਪਾਣੀ ਲਹਿ ਗਿਆ ਵਿੱਚ ਪਤਾਲੀ ਨਦੀਆਂ ਰੋ ਰੋ ਮੋਈਆਂ ਇਸ ਥਲ ਵਿੱਚ ਕੋਈ ਮਾਰ ਜਕਾਰਾ ਬਾਬਰ ਬਾਣੀ ਗਾਵੋ ਬਾਬਾ ਹੁਣ ਇਸ ਧਰਤ 'ਤੇ ਕੂੰਜਾਂ ਆਣ ਕਦੇ ਨਾ ਰੋਈਆਂ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ